सरकार वालों, प्रशासन वालों, पुलिस वालों, हेल्थ वर्कर्स वालों, हेल्थ डिपार्टमेंट वालों जिहड़ी जिहड़ी कार्रवाई की गई है उहदा जिहड़ा प्रोग्रेस है तुहाडे समक्ष असीं रखदे हां और इहदे विच कोई कमियां हैगी तो असीं लाइव सैशन भी करदे हां। जिवें कि पिछले हफ्ते आपां जद रूबरू होए सीगे साडी जिहड़ी टोटल टैसटिंग सीगी उह 72,000 दे नेड़े तेड़े सीगी। कल तक दी जिहड़ी रिपोर्ट हैगी पटियाले दी हुण तक असीं जिहड़ा हैगा अराउंड 83,000 असीं टोटल टैसट कर चुके हां। ਇਹਦੇ ਵਿੱਚੋਂ ਜਿਹੜੇ ਟੋਟਲ ਪੋਜ਼ਿਟਿਵ ਹੁਣ ਤੱਕ ਜਿਹੜੇ ਆਏ ਹੈ 6,333 ਜਿਹੜੇ ਪੋਜ਼ਿਟਿਵ ਪੇਸ਼ੈਂਟਸ ਪਾਏ ਗਏ। ਹਾਲ ਦੇ ਘੜੀ ਜਿਹੜੀ ਐਕਟਿਵ ਪੇਸ਼ੈਂਟਸ ਹੈ ਸਾਡੇ ਉਹ 1540 ਦੇ ਨੇੜੇ ਤੇੜੇ ਹੈਗੇ। ਪੇਸ਼ੈਂਟ ਜਿਹੜੇ ਡਿਸਚਾਰਜ ਹੋਏ 4,628 ਹੈ। ਟੋਟਲ ਡੈਥਸ 166 ਹੋਈ ਹੈ। ਇਹ ਥੋੜ੍ਹਾ ਜਿਹਾ ਜਿਹੜਾ ਹੈਗਾ ਪਿਛਲੇ ਹਫ਼ਤੇ ਦੇਖਿਆ ਸੀਗਾ ਕਿ ਆਪਾਂ 9 ਜਾਂ 10 ਡੈਥਸ ਪਰ ਡੇ ਹੋ ਰਹੀ ਸੀਗੀ, ਬਟ ਪਿਛਲੇ 2 ਜਾਂ 3 ਦਿਨਾਂ ਤੋਂ ਅਸੀਂ ਦੇਖ ਰਹੇ ਔਰ ਦੇਖਣ 'ਚ ਆਇਆ ਕਿ ਸਾਡੀ ਡੈਥ 3 ਜਾਂ 4 ਦੇ ਨੇੜੇ ਤੇੜੇ ਆ ਗਈ, ਘੱਟ ਕੇ 10 ਤੋਂ ਘੱਟ ਕੇ ਹੁਣ 3 ਜਾਂ 4 ਦੇ ਨੇੜੇ ਤੇੜੇ ਰਹਿ ਗਈ ਹੈ। ਇਹਦਾ ਮਤਲਬ ਇਹ ਨਹੀਂ ਕਿ ਕੇਸਿਸ ਕਮ ਹੋ ਗਏ, ਜਿਵੇਂ ਕਿ ਤੁਸੀਂ ਕੱਲ੍ਹ ਦੇਖਿਆ ਸਾਡੇ ਕੇਸਿਸ 105 ਕੇਸਿਸ ਸੀਗੇ, ਬਟ ਪਿਛਲੇ ਹਫ਼ਤੇ ਦਾ ਅਗਰ ਤੁਸੀਂ ਟੋਟਲ ਨੰਬਰ ਆਫ ਕੇਸਿਸ ਦਾ ਜਿਵੇਂ ਪੀਕ ਦੇਖੋਗੇ 160, 170, 180 ਦੇ ਨੇੜੇ ਤੇੜੇ ਹੈਗੇ। ਕੱਲ੍ਹ ਦਾ ਜਿਹੜਾ ਸਾਡਾ ਪੋਜ਼ਿਟਿਵਿਟੀ ਕੇਸ ਸੀਗੇ ਉਹ 105 ਸੀਗੇ, ਬਟ ਅਗੇਨ ਵੀ ਸ਼ੁੱਡ ਨੋਟ ਬੀ ਕੰਪਲੇਸੈਂਟ। ਆਪਾਂ ਨੂੰ ਇੱਕ ਦਿਨ ਦਾ ਜਿਹੜਾ ਟ੍ਰੈਂਡ ਹੈ ਇਹਨੂੰ ਬੜਾ ਦੇਖ ਕੇ ਕਰਨਾ ਪੈਂਦਾ ਹੈਗਾ। ਹੋ ਸਕਦਾ ਕਿ ਅਗਲੇ 1 ਹਫ਼ਤੇ 'ਚ ਕੰਮ ਵੀ ਆ ਜਾਏ, ਥੋੜ੍ਹਾ ਬੜ ਵੀ ਜਾਏ, ਬਟ ਉਮੀਦ ਇਹੀ ਹੈ ਔਰ ਸਾਡੇ ਵੱਲੋਂ ਜਿਹੜੀ ਵੀ ਇਨਫਰਾਸਟਰਕਚਰ ਡਿਵੈਲਪਮੈਂਟ ਕੀ ਹੈ ਕਪੈਸਿਟੀ ਵਧਾਈ ਗਈ ਹੈ ਉਹਦੇ ਵਿੱਚ ਅਸੀਂ ਇਹੀ ਕੋਸ਼ਿਸ਼ ਕਰ ਰਹੇ ਹਾਂ ਕਿ ਜਿੰਨੇ ਵੀ ਕੇਸਿਸ ਵੱਧ ਰਹੇ ਉਹਦੇ ਹਿਸਾਬ ਨਾਲ ਸਾਡੀ ਬੈੱਡ ਵੀ ਉੱਥੇ ਜਿਹੜੇ ਹੈ ਮੌਜੂਦ ਨੇ। ਜਸਟ ਟੂ ਗਿਵ ਯੂ ਓਵਰਸਾਈਟ, ਸਾਡੇ ਜਿਹੜੇ ਸਰਕਾਰੀ L2 ਬੈੱਡ ਹੈ ਔਰ ਸਰਕਾਰੀ L3 ਬੈੱਡ ਹੈ, ਉਸੇ ਤਰ੍ਹਾਂ ਪ੍ਰਾਈਵੇਟ L2 L3 ਕਈ ਹਸਪਤਾਲ 'ਚ ਵੀ ਹੁਣ ਅਸੀਂ ਸ਼ੁਰੂ ਕਰਾਤਾ ਹੈਗੇ। ਟੋਟਲ 11 ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਸਾਡੇ L2 ਔਰ L3 ਦੀ ਫੈਸਿਲਿਟੀਜ਼ ਹੁਣ ਐਕਟੀਵੇਟਡ ਹੈਗੀ। ਵਰਧਮਾਨ ਹਸਪਤਾਲ ਹੈ, ਸੁਰਿਤਾ ਨਰਸਿੰਗ ਹੋਮ ਰਾਜਪੁਰਾ ਹੈ, ਕੋਲੰਬੀਆ ਏਸ਼ੀਆ ਹੈ, ਫੂਲ ਨਿਊਰੋ ਪਟਿਆਲਾ ਹੈ, ਅਮਰ ਹਸਪਤਾਲ ਹੈ, ਬਾਲਾਜੀ ਹਾਰਟ ਕੇਅਰ ਬਾਗਸੋ ਰੋਡ 'ਚ ਹੈਗਾ, ਸਦਭਾਵਨਾ ਹਸਪਤਾਲ ਹੈ, ਪ੍ਰਾਈਮ ਹਸਪਤਾਲ, ਭਾਟੀਆ ਹਸਪਤਾਲ, ਨਾਰਾਇਣ ਹਸਪਤਾਲ ਔਰ ਨੀਰਮ ਹਸਪਤਾਲ ਰਾਜਪੁਰਾ। ਜਸਟ ਟੂ ਗਿਵ ਯੂ ਓਵਰਵਿਊ, ਜਿਹੜੇ ਸਰਕਾਰੀ L2 ਹੈ ਹਾਲੇ ਉੱਥੇ ਸਿਰਫ 24% ਆਕੂਪੈਂਸੀ ਹੈ, ਬਟ L3 81% ਆਕੂਪੈਂਸੀ ਹੋਈ ਹੈ ਆਪਣੇ ਸਰਕਾਰੀ ਦੇ ਵਿੱਚ। ਉਸੇ ਤਰ੍ਹਾਂ ਪ੍ਰਾਈਵੇਟ L2 ਬੈੱਡ ਦੀ ਜਿਹੜੀ ਸੈਚੂਰੇਸ਼ਨ ਹੈਗੀ 69% ਭਰੇ ਹੋਏ ਔਰ L3 ਜਿਹੜੇ ਬੈੱਡ ਹੈਗੇ ਪ੍ਰਾਈਵੇਟ ਦੇ ਵਿੱਚ 49% ਭਰੇ ਹੋਏ। ਤੋ ਹਾਲੇ ਵੀ ਸਾਡੇ ਕੋਲ ਬੈੱਡਸ ਅਵੇਲੇਬਲ ਹੈ। ਮੈਂ ਲੋਕਾਂ ਨੂੰ ਬਸ ਇਹੀ ਅਪੀਲ ਕਰਦਾ ਜੀ, ਜਦ ਵੀ ਤੁਹਾਨੂੰ ਕਿਸੇ ਤਰ੍ਹਾਂ ਦੇ ਵੀ ਸਿਮਟਮ ਹੈ ਪਲੀਜ਼ ਟੈਸਟ ਕਰਾਓ। ਜਿੰਨੀ ਜਲਦੀ ਤੁਸੀਂ ਆਪਣਾ ਟੈਸਟ ਕਰਾਓਗੇ ਉਨੀ ਜਲਦੀ ਅਸੀਂ ਡਿਟੈਕਟ ਕਰਾਂਗੇ ਕਿ ਤੁਸੀਂ ਪੋਜ਼ਿਟਿਵ ਹੋ ਨੈਗੇਟਿਵ ਹੋ। ਪੋਜ਼ਿਟਿਵ ਅਗਰ ਹੋ ਤਾਂ ਅਸਿਮਟੋਮੈਟਿਕ ਹੋ ਤਾਂ ਤੁਹਾਨੂੰ ਅਸੀਂ ਕੋਸ਼ਿਸ਼ ਇਹ ਕਰਾਂਗੇ ਅਗਰ ਤੁਹਾਡੇ ਘਰ 'ਚ ਸਾਰੀ ਫੈਸਿਲਿਟੀਜ਼ ਹੈਗੀ ਤਾਂ ਹੋਮ ਆਈਸੋਲੇਸ਼ਨ ਦੇ ਵਿੱਚ ਰੱਖਵਾ ਦੇਵਾਂ। ਅਗਰ ਤੁਸੀਂ ਮਾਈਲਡਲੀ ਸਿਮਟੋਮੈਟਿਕ ਹੋ ਤਾਂ L2 ਚਲੇ ਜਾਂਦੇ ਅਸੀਂ, ਔਰ ਅਗਰ ਥੋੜ੍ਹੇ ਜਿਹੇ ਕ੍ਰੋਨਿਕ ਹੋ, ਥੋੜ੍ਹਾ ਜਿਹਾ ਇਸ਼ੂ ਹੈ ਤੁਹਾਡੀ ਸਿਹਤ ਦੇ ਵਿੱਚ, ਅਸੀਂ L3 ਚਲੇ ਜਾਂਦੇ। ਅੱਜ ਪਿਛਲੇ ਹਫ਼ਤੇ ਵੀ ਅਸੀਂ ਥੋੜ੍ਹੀ ਜਿਹੀ ਖੁੱਲ ਕੇ ਗੱਲ ਕੀਤੀ ਸੀ, ਅੱਜ ਵੀ ਥੋੜ੍ਹੇ ਜਿਹੇ ਇੰਪੋਰਟੈਂਟ ਕੁਝ ਇਸ਼ੂ ਦੇਖਣ ਨੂੰ ਆਏ ਇੱਕ ਹਫ਼ਤੇ ਦੇ ਵਿੱਚ। ਕਾਫੀ ਰਿਊਮਰ ਮੌਂਗਰਿੰਗ ਜਿਹੜੀ ਹੈ ਸੋਸਾਇਟੀ ਦੇ ਵਿੱਚ ਚੱਲ ਰਹੀ ਹੈ, ਲੋਕਾਂ ਦੇ ਵਿੱਚ ਚੱਲ ਰਹੀ ਹੈ ਔਰ ਬਹੁਤ ਆਮ ਹੈ ਜੀ। ਮੈਂ ਵੀ, ਮੇਰੇ ਪੇਰੈਂਟਸ ਬਾਹਰ ਰਹਿੰਦੇ, ਅਸੀਂ ਸਮਝ ਸਕਦੇ ਕਿੰਨੀ ਇਨਸਿਕਿਉਰਿਟੀ ਹੁੰਦੀ ਹੈ, ਬਟ ਇਸ ਵਕਤ ਮੈਂ ਪਿਛਲੀ ਵਾਰ ਜਿਸ ਤਰ੍ਹਾਂ ਤੁਹਾਨੂੰ ਜਿਹੜਾ ਹੈਗਾ ਕੋਸ਼ਿਸ਼ ਇਹ ਕੀਤੀ ਸੀਗੀ ਔਰ ਬੜਾ ਚੰਗਾ ਰਿਸਪੋਂਸ ਆਇਆ ਲੋਕਾਂ ਦੇ ਵੱਲੋਂ, ਪਲੀਜ਼ ਜੋ ਵੀ ਕੋਈ ਨਿਊਜ਼ ਆਉਂਦੀ ਹੈ, ਜੋ ਵੀ ਕੋਈ ਇਨਫੋਰਮੇਸ਼ਨ ਆਉਂਦੀ ਹੈ ਕਿਸੇ ਵੀ ਮੀਡੀਅਮ 'ਚ, ਉਹਨੂੰ ਪ੍ਰੋਸੈਸ ਜ਼ਰੂਰ ਕਰੋ। ਜਿਵੇਂ ਕਿ ਆਪਾਂ ਨੂੰ ਦੇਖਣ 'ਚ ਆਇਆ ਹੈ ਕਿ ਔਰਗਨ ਟ੍ਰਾਂਸਪਲਾਂਟ ਦੀ, ਔਰਗਨ ਨਿਕਾਲਣ ਦੀ ਗੱਲ ਚੱਲਦੀ ਹੈ, ਇਹ ਪੋਸੀਬਲ ਹੀ ਨਹੀਂ ਹੈ ਜੀ, 200% ਪੋਸੀਬਲ ਨਹੀਂ ਹੈ। ਤੁਸੀਂ ਦੇਖਿਆ ਮੰਡੇ ਨੂੰ ਸਾਡੇ ਜਿਹੜੇ ਕੋਵਿਡ ਦੇ ਇੰਚਾਰਜ ਹੈ ਰਾਜਿੰਦਰਾ ਹਸਪਤਾਲ ਸੁਰਭੀ ਮਲਿਕ ਨੇ ਵੀ ਦੱਸਿਆ ਇਸ ਤਰ੍ਹਾਂ ਦੀ ਵੀ ਕੋਈ ਘਟਨਾ ਨਾ ਤਾਂ ਵਾਪਰ ਸਕਦੀ ਨਾ ਅਸੀਂ ਹੁਣੇ ਹੀ ਨਹੀਂ ਰਵਾਂਗੇ ਜੀ। ਤਾਂ ਇਸ ਤਰ੍ਹਾਂ ਦੀ ਅਗਰ ਕੋਈ ਗੱਲ ਕਰਦਾ ਉਹਨੂੰ ਉੱਥੇ ਹੀ ਸਲੱਬ ਕਰੋ। ਦੂਜਾ ਆਪਾਂ ਨੂੰ ਇਹ ਵੀ ਦੇਖਣ 'ਚ ਆਇਆ ਜੀ, ਪਟਿਆਲੇ ਦੇ ਖਾਸ ਕਰ ਮੈਂ ਦੇਖ ਰਿਹਾ ਪਾਤਰਾ ਦੇ ਵਿੱਚ, ਨਾਭਾ ਦੇ ਵਿੱਚ, ਭਾਦਸੋ ਦੇ ਵਿੱਚ, ਲੋਕਾਂ ਦੇ ਵਿੱਚ ਕਾਫੀ ਰਿਪਲਸ਼ਨ ਹੈ, ਚਾਹੇ ਉਹ ਪਿੰਡ ਦਾ ਹੋਵੇ ਚਾਹੇ ਅਰਬਨ ਦਾ ਹੋਵੇ। ਬਹੁਤ ਲਾਜ਼ਮੀ ਹੈ, ਮੈਂ ਸਮਝ ਸਕਦਾ ਪੈਂਡੇਮਿਕ ਇਟਸ ਨੋਟ ਐਨ ਈਜ਼ੀ ਜੋਬ, ਬਟ ਆਪਾਂ ਨੂੰ ਇਹ ਦੇਖਣਾ ਪਵੇਗਾ ਜੀ, ਇਹ ਬਹੁਤ ਇੰਪੋਰਟੈਂਟ ਇਸ਼ੂ ਹੈ, ਲੋਕਾਂ ਨੂੰ ਇਹਦੇ ਵਿੱਚ ਸਮੂਰੀਅਤ ਕਰਨੀ ਪੈਣੀ ਹੈ ਔਰ ਆਪਾਂ ਨੂੰ ਇਹ ਵੀ ਦੇਖਣਾ ਪੈਣਾ ਜੀ, ਟੈਸਟਿੰਗ ਕਰਾਉਣੀ ਪੈਣੀ ਹੈ ਔਰ ਆਪਾਂ ਨੂੰ ਹੈਲਥ ਵਰਕਰ ਦਾ ਸਾਥ ਦੇਣਾ ਪੈਣਾ ਹੈ। ਸਪੈਸ਼ਲੀ ਅਗਰ ਟੈਸਟਿੰਗ ਨਹੀਂ ਕਰਾਓਗੇ ਡਿਟੈਕਸ਼ਨ ਲੇਟ ਹੋਗੀ, ਕੋਮੋਰਬਿਡ ਫੈਕਟਰਸ ਜਿਹੜੇ ਅਗਰ ਮਲਟੀਪਲੀਕੇਟ ਹੋ ਜਾਂਦੇ ਹੈਗੇ, ਫਟੈਲਿਟੀ ਉਨੀ ਜ਼ਿਆਦਾ ਵੱਧ ਜਾਂਦੀ ਹੈਗੀ। ਤਾਂ ਮੇਰਾ ਤੁਹਾਡੇ ਮਾਧਿਅਮ 'ਤੇ, ਤੁਹਾਡੇ ਥਰੂ ਲੋਕਾਂ ਨੂੰ ਇਹੀ ਅਪੀਲ ਕਰਨਾ ਚਾਹੁੰਦਾ ਜੀ, ਆਪਣੇ ਪਿੰਡਾਂ 'ਚ ਲੋਕਾਂ ਨੂੰ ਥੋੜ੍ਹਾ ਮੋਟੀਵੇਟ ਕਰੋ। ਹੋਮ ਆਈਸੋਲੇਸ਼ਨ ਦਾ ਪ੍ਰਾਵਧਾਨ ਹੈਗਾ, ਹੁਣ ਤੁਸੀਂ ਘਰੇ ਰਹਿ ਸਕਦੇ ਹੋ। ਟੈਸਟ ਕਰਾਉਣ 'ਚ ਫਾਇਦਾ ਇਹ ਹੈ ਕਿ ਤੁਹਾਨੂੰ ਫਟਾਫਟ ਇਹ ਪਤਾ ਲੱਗ ਜਾਂਦਾ ਕਿ ਤੁਹਾਡਾ ਪ੍ਰੈਜੈਂਟ ਸਟੇਟਸ ਆਫ ਹੈਲਥ ਕੀ ਹੈ। ਕੋਸ਼ਿਸ਼ ਇਹ ਕਰਾਂਗੇ ਜੀ, ਹੈਲਥ ਆਈਸੋਲੇਸ਼ਨ ਨੂੰ, ਜਿਹੜਾ ਆਈਸੋਲੇਸ਼ਨ ਫੈਸਿਲਿਟੀ ਹੈ ਹੋਮ ਆਈਸੋਲੇਸ਼ਨ, ਉਹਨੂੰ ਅਸੀਂ ਵੱਧ ਚੜ੍ਹ ਕੇ ਬੜਾਵਾ ਦੇ ਰਹੇ। ਜਿੱਥੇ ਤੁਹਾਡੇ ਕੋਲ ਫੈਸਿਲਿਟੀ ਨਹੀਂ ਹੈ ਉੱਥੇ ਅਸੀਂ ਕੋਵਿਡ ਕੇਅਰ ਸੈਂਟਰ ਜਿਹੜਾ ਮੈਰੀਟੋਰੀਆ ਸਕੂਲ 'ਚ ਬਣਿਆ, ਅਗਰ ਥੋੜ੍ਹਾ ਬਹੁਤ ਸਿਮਟੋਮੈਟਿਕ ਹੈਗੇ ਤੁਸੀਂ, ਅਸੀਂ ਇਹੀ ਆਸ ਕਰਦੇ ਕਿ ਤੁਹਾਨੂੰ L2 'ਚ ਲਾ ਕੇ ਫਟਾਫਟ ਤੁਹਾਡਾ ਜਿਹੜਾ ਹੈਗਾ ਹੈਲਥ ਫੈਸਿਲਿਟੀਜ਼ ਦੇ ਕੇ ਤੁਹਾਨੂੰ ਘਰ ਵਾਪਸ ਭੇਜੀਏ। ਤੋ ਮੈਂ ਅਗੇਨ ਜੀ, ਬਹੁਤ ਇੰਪੋਰਟੈਂਟ ਹੈ, ਆਈ ਥਿੰਕ ਟੈਸਟਿੰਗ ਹੈਜ਼ ਟੂ ਬੀ ਡਨ, ਐਂਡ ਇਹ ਬਹੁਤ ਸੀਰੀਅਸ ਕੰਸਰਨ ਹੈ ਕਿ ਪਿੰਡਾਂ 'ਚ ਮਤੇ ਲੋਕ ਪਾ ਰਹੇ,
देर माइट बी एक्स वाई जेड रीजनस, बट कोई भी रीजन किसी की लाइफ तो उत्ते नहीं बढ़ के नहीं। तुहाडा समाज है, तुहाडे बच्चे, तुहाडे बुजुर्ग उत्थे रहिंदे, अगर कोई भी पॉजिटिव केस खुला रह जाता हैगा, ही हैज द पोटेंशियल कि दूजे लोगों नूं भी जिहड़ा वो इन्फेक्ट करन। ये साडी रिस्पोंसिबिलिटी एज अ रिस्पोंसिबल सिटीजन। मैं कोशिश ये करांगा कि इस बार मैं कुछ पिंडां च जावांगा भी, कोशिश ये करांगा लोगों नूं रूबरू भी रहिए। बट दो तीन चीज़ें जी, सरपंच साहिबान नूं मैं ये अपील करना चाहुंदा जी कि देखो तुसी अपने पिंड दे सब तो मुखी हो, सब तो बड़े हैड हो, कोशिश ये करो अपने पिंड च अगर इस तरह की कोई घटना वापरदी है, लोकी थोड़े रेजिस्टेंस है, तुहाडे थ्रू फस्ट एक्ट होना चाहिदा हैगा। उसी तरह जिहड़े अर्बन वार्ड है, चाहे कमेटी दे चाहे कारपोरेशन दे, साडे काउंसलर साहिबान साडे नाल जुड़े ने, असी नाल हुण एनजीओज नूं भी जोड़ रहे। तुसीं देखो पुराने टाइम च सांझी सत हुंदियां सीगियां, जदों असीं पिंड च वड़दे सीगे उत्थे सत हुंदी सीगी, उत्थे बुजुर्ग बैठदे सीगे और पिंड दा जिहड़ा चंगा भला कोई बुरी गल हुंदी सीगी उत्थे उहनूं सॉर्ट आउट करदे सीगे। आज वो वक्त है, आज वो टाइम है जब बुजुर्ग वड़ चढ़कर अपने पिंडा दी जिहड़ी लगाम है, जिहड़ी बागडोर है, वो संभालण सरपंच दे नाल, कोशिश करे बच्चां नूं बुजुर्गां नूं ते अपने यूथ नूं नाल लेके जिहड़ा है उत्थे टेस्टिंग करन, अगर किसी तरह दा भी कोई उत्थे तुहानूं लगदा कोई सिम्पटम आ रहा है। मैं बहुत ज़्यादा नहीं कहांगा जी, बिकॉज तुसीं सारे सियाणे हो, सारे रिस्पोंसिबल सिटीजन हो, बट सांझी सत मैनू ये लगता है कि दिस कैन गो अ वेरी इंपॉर्टेंट मिशन इन रेस्पेक्ट टू विलेजेस। हुण कुछ क्वेश्चन है जी, बहुत ज़्यादा क्वेश्चन तो इस बार आए नहीं है, बट मैं स्पेसिफिक टू कोविड क्वेश्चन नूं एंटरटेन करांगा। सनी रहेजा जी है, हर बार इन्हों का मैसेज आता, चंगी गल है दैट ही इज़ वेरी एक्टिव। ये कहेंदे जी सरकारी ते प्राइवेट बिल्डिंग या रिलीजियस बिल्डिंग के सामने फुट ऑपरेटिंग वॉशबेसिन लगने चाहिए है, लिक्विड सोप होने चाहिए है। एकदम ठीक है सनी जी, असं कोशिश कर रहे हैं। हुण तक अगर मैं कितने भी किसी ऑफिस से जाता है, कोशिश यही है कि उत्थे जड़ा है सैनिटाइजर है, साबुन है। हाँ, फुट ऑपरेटिंग वॉशबिन का भी असं रिव्यू कर लेंगे और तुहाडा जिहड़ा है ये सजेशन सरमत्थे। मनीष गर्ग जी हैं, ये कहिंदे जी शनिवार अते एतवार नूं खाण पीण का समान दीआं दुकानां खुले हैं कि बंद है जी। मनीष जी, साडा ऑर्डर होम सैकटरी साहब का भी ऑर्डर स्टेट गवर्नमेंट के वालों जिहड़ा है हुण ऑपरेटिव है, साडा ऑर्डर भी जिहड़ा कल आ गया है। इहदे विच एसेंशियल कमोडिटी की जिन्नी भी दुकानां हैगियां वो पूरे हफ्ते खुले रहेंगे, उहदे विच कोई बाउंडेशंस नहीं है। परमीत सिंह जी है जी, ये कहते जी सम एस एच ओज आर फोर्सिंग करियाना स्टोर टू रिमेन शट ऑन संडे, इस करियाना स्टोर आर नॉट इंक्लूडेड इन एसेंशियल आइटम। परमीत जी, एसेंशियल आइटम करियाना स्टोर नूं नहीं गिना जाता है, बाकी अगर तुहाडे करियाना स्टोर च अगर किसी तरह की भी कोई एसेंशियल कमोडिटी है, साडे फूड सप्लाई डिपार्टमेंट के वालों एक एक्ट हैगा, उहदे विच सारा कुछ नोटिफाइड हैगा। अगर उस एक्ट के अंदर कोई भी सामान जिहड़ा हैगा तुहाडे करियाना स्टोर च हैगा, then it becomes an essential item shop, otherwise नहीं जी। अदरवाइज तुहानू फ्राइडे तक 6:30 तक दी छूट है, उहदे बाद तुहानू बंद करनी पएगी जी। इंदरजीत सिंह जी है जी, ये कहंदे जी डीसी साहब पटियाला दे शराब दे ठेके दे शटर विच चोर खिड़की है, एंड ये 6:30 तक तो नहीं, ये 9 बजे तक जिहड़ी खुली रहिंदी हैगी। इंदरजीत जी, हाँ कई ठेके हैगे जी, वैसे तो सरकार दी जिहड़ी ऑर्डर है कि 6:30 वेंट दे जिहड़े हैगे 6:30 तक हर दिन खुल सकदे, उहदे बाद अगर खुलदा है तो असीं हुण सैक्टर मजिस्ट्रेट दा मॉडल एक्टिवेट कीता, साडे एस एच ओ साहिबां नूं असीं एक्टिवेट कीता। कोशिश यही रहिंदी 6:30 तक बंद करदे, अगर कोई नहीं करेगा तो एज पर एक्ट असीं एक्शन लेवांगे। उसी तरह सतनाम सिंह जी हैं जी, ये कहिंदे वीकेंड लॉकडाउन दे विच एसेंशियल शॉप सैटरडे दे विच खुली रहिंदी है, इहनूं तुसीं काइंडली पंजाबी च ऑर्डर लिखिया करो। एकदम ठीक है सतनाम जी, पंजाबी च भी अगली बार साडे वल्लों तुहाडे तक ये सारी जो भी असीं इंग्लिश च छापदे इहनूं पंजाबी च भी कन्वर्ट करके तुहाडे तक पहुँचवा देवांगे। राजकुमार चोपड़ा साहब है, ये कहिंदे जी राजेंद्र अस्पताल में जो कोरोना के मरीज हैं उनके फैमिली मैंबर को कमरे के पास दिए जाए और वो अपने पेशेंट को देख पाए, सो दैट उनका इलाज कैसा हो रहा है। राजकुमार जी, राजेंद्र हॉस्पिटल इज एन आइसोलेशन वार्ड, लेवल 3 के पेशेंट्स हैं, पॉजिटिव पेशेंट्स हैं, किसी भी फैमिली मेंबर जो नेगेटिव है उनको तो नहीं जाने दिया जा सकता, बिकॉज अगर उनको हम अंदर भेजेंगे वो भी पॉजिटिव आ जाएंगे। हाँ, हमारा कॉल सेंटर चल रहा है, आप देखेंगे हमारे नोडल इंचार्ज के थ्रू दिन में 2 बार आप तक इन्फॉर्मेशन पहुँच रहा है। अगर किसी तरह की कोई दिक्कत है, हमारा फेसबुक पेज लाइव है, हमारे नोडल जितने भी फोन नंबर से वो एक्टिव है, किसी तरह की कोई दिक्कत है आप मुझे भी बता सकते हैं, आप तक जो भी आपके फैमिली के जो भी वाइटल्स हैं वो आप तक पहुंचा दिए जाएंगे। सौरभ नाथ लरोइया साहब है, ये कहते हैं जी इनोवा 6-सीटर कार है, ये किन्ने बंदे बैठ सकते हैं। लरोइया साहब, सरकार के बड़े स्ट्रिक्ट जे हुक्म है, ड्राइवर के नाल नाल सिर्फ 3 बंदे बैठ सकते हैं 4-व्हीलर के अंदर, और इनू स्ट्रिक्टली आप जो है इंप्लीमेंट कर रहे हैं, जिथे भी कितने अगर इंप्लीमेंट नहीं हो रहा पुलिस वालों बहुत स्ट्रिक्ट कदम चुके जा रहे हैं। रमनदीप जी है, हरीश अरोड़ा साहब है,
अजय गुप्ता साहब है, इनके सेम क्वेश्चन है कि जी कर्फ्यू बहुत चंगी तरह इंप्लीमेंट नहीं हो रहा जी। रमनदीप जी अगर तुम देखो जी जिते भी किसी तरह की वायोलेशन उत्थे असं पर्चा कर रहे हैं, चालान कट रहे हैं, SSP साहब वालों भी बहुत स्ट्रिक्ट कॉग्निजेंस लिया जा रहा है। अजय गुप्ता साहब का है कि कोई रिलैक्सेशन है मेडिकल स्टोर को जी, मेडिकल स्टोर इज एसेंशियल आइटम, जो एसेंशियल आइटम को हम लोगों ने रिलैक्सेशन दी है वही मेडिकल शॉप को भी हमने रिलैक्सेशन दी है। अंत में ये कहूंगा जी प्लीज र्यूमर मोंगरिंग दे विच ना पाओ, अगले 15-20 दिन पंजाब दे लई, पटियाला दे लई, अपने सूबे दे लई, अपने लोका दे लई बहुत इंपॉर्टेंट टाइम है। अगर तुसी साडा साथ दोगे साडी जिहड़ी एनर्जी है कहीं ना कहीं बचदी है और असी तुहाडे भलाई दे लई वो उस दूजे पासे लगा सकते हैं। मैं आस करता पटियाला जिस तरह का शहर है, पटियाला जिस तरह का जिला है, जिस तरह के लोग इंटेलैक्ट लोग है, पढ़े लिखे लोग है, सियाने लोग है, किसी तरह के भी रीमर मोंगरिंग च ना आए, किसी तरह के भी कोई तुहानू कोई संदेह है, कोई कन्फ्यूजन है, प्लीज़ साढ़े नाल संपर्क करो, असी कोशिश करांगे तुहाडे तक सही इन्फॉर्मेशन पहुँचा। जय हिंद।